श्रोमणी अकाली दल की तरफ से ये भी फैसला किया है कि सरदार सुखबीर सिंह रेजिडेंट एससीडी विल फाइट, वो इलेक्शन लड़ेंगे फिरोजपुर सीट से, और विभा हरसिमरत कौर वो इलेक्शन लड़ेंगे बठिंडा सीट से। ये फैसला ਬਸ ਸਾਹਿਬ, ਇਹ ਕਿਹੜੇ ਕਿਹੜੇ ਮੁੱਦੇ ਰਹਿਣਗੇ ਪਾਰਟੀ ਦੇ, ਇਸ ਤਰ੍ਹਾਂ ਦੀ ਸਮਝੋ ਤੁਸੀਂ ਟੱਕਰ ਸਮਝਦੇ ਹੋ, ਕਿਸ ਨਾਲ ਹੈਗੀ, ਕਾਂਗਰਸ ਪਾਰਟੀ ਨਾਲ ਹੈਗੀ ਜਾਂ ਕਿਸ ਨਾਲ? ਦੇਖੋ ਜੀ, ਮੁੱਦਾ ਜਿਹੜਾ ਹੈ, ਕਈ ਇਲੈਕਸ਼ਨ ਹੁੰਦੇ ਆ, ਸਟੇਟ ਦੇ ਇਲੈਕਸ਼ਨ ਹੁੰਦੇ ਆ, ਉਦੋਂ ਸਟੇਟ ਦੇ ਮੁੱਦੇ ਹੁੰਦੇ ਆ, ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਆ ਉਦੋਂ ਕੰਟਰੀ ਦੇ ਮੁੱਦੇ ਹੁੰਦੇ ਆ। ਤੇ ਵੱਡਾ ਮੁੱਦਾ ਇਸ ਵਿਚ ਇਹੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸ ਨੂੰ ਬਣਾਉਣਾ ਚਾਹੀਦਾ, ਦੇਸ਼ ਦੇ ਹਿੱਤਾਂ ਵਾਸਤੇ ਕਿਹੜਾ ਇਨਸਾਨ ਹੈ ਜਿਹੜੀ ਦੇਸ਼ ਦੀ ਠੀਕ ਨੁਮਾਇੰਦਗੀ ਕਰ ਸਕਦਾ ਔਰ ਦੇਸ਼ ਨੂੰ ਅੱਗੇ ਲਿਜਾ ਸਕਦਾ।